ਮੈਂ ਜਗਤਾਰ ਸਿੰਘ ਕਾਲਾ ਝਾੜਾ ਸੂਬਾ ਪ੍ਰਚਾਰ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਜੀ। ਅੱਜ ਕੀ ਪ੍ਰੋਗਰਾਮ? ਅੱਜ ਅਸੀਂ ਲਖਵੀਰਪੁਰ ਖੀਰੀ ਦੇ ਸ਼ਹੀਦਾਂ ਦੀ ਕਲਸ਼ ਯਾਤਰਾ ਜਿਹੜੀ ਉਹ ਇੱਥੋਂ ਕਾਲਾ ਝਾੜ ਟੋਲ ਪਲਾਜ਼ੇ ਤੋਂ ਸ਼ੁਰੂ ਕਰਨ ਲੱਗਿਆਂ, ਇੱਥੇ ਸਾਡੀਆਂ ਪਟਿਆਲੇ ਜ਼ਿਲ੍ਹੇ ਦੀਆਂ, ਸੰਗਰੂਰ ਜ਼ਿਲ੍ਹੇ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਨੇ। ਬਹੁਤ ਮਾਣ ਸਤਿਕਾਰ ਨਾਲ ਜਿਹੜੀ ਇਹ ਕਲਸ਼ ਯਾਤਰਾ ਅਸੀਂ ਉਹਨਾਂ ਦੀ ਲੈ ਕੇ ਜਾ ਰਹੇ ਹਾਂ। ਇਹ ਹਸੈਨੀ ਵਾਲੇ ਜਿੱਥੇ ਭਗਤ ਸਿੰਘ ਹੋਰਾਂ ਦੀਆਂ ਯਾਦਗਾਰਾਂ ਨੇ, ਉਹ ਇਹ ਕਲਸ਼ ਯਾਤਰਾ ਜਿਹੜੀ ਉੱਥੇ ਤੱਕ ਜਾਊਗੀ। ਬੜੇ ਮਾਣ ਸਤਿਕਾਰ ਨਾਲ ਗੱਡੀ ਦੇ ਉੱਤੇ ਉਹਨਾਂ ਦੇ ਜਿਹੜੇ ਅਸਥੀਆਂ ਨੇ, ਉਹਨਾਂ ਦੀ ਕਲਸ਼ ਜਿਹੜੀ ਉਹ ਅਸੀਂ ਗੱਡੀ ਦੇ ਉੱਤੇ ਬਹੁਤ ਮਾਣ ਸਤਿਕਾਰ ਨਾਲ ਰੱਖੀ ਹੋਈ ਆ। ਇਸ ਕਰਕੇ ਇਹ ਵੱਖ ਵੱਖ ਜ਼ਿਲ੍ਹਿਆਂ 'ਚੋਂ ਹੁੰਦਾ ਹੋਇਆ ਬਰਨਾਲਾ ਜ਼ਿਲ੍ਹਾ, ਮੋਗਾ ਜ਼ਿਲ੍ਹਾ, ਤਰਨ ਤਾਰਨ, ਲੁਧਿਆਣਾ, ਉਹ ਸਾਰੇ ਜ਼ਿਲ੍ਹਿਆਂ ਨੇ ਮੋਗੇ ਇਕੱਠੇ ਹੋਣਾ। ਮੋਗੇ ਤੋਂ ਅੱਗੇ ਜਾ ਕੇ ਜਿਹੜਾ ਹਸੈਨੀ ਵਾਲੇ ਇਹ ਕਲਸ਼ ਯਾਤਰਾ ਜਿਹੜੀ ਅੱਜ ਉੱਥੇ ਜਾਣੀ ਆ, ਉੱਥੇ ਉਹਨਾਂ ਦੀਆਂ ਜਿਹੜੀਆਂ ਜਲ ਪ੍ਰਵਾਹ ਇਹ ਕਲਸ਼ ਯਾਤਰਾ ਜਿਹੜੀ ਉੱਥੇ ਕੀਤੀ ਜਾਊਗੀ। ਇਹ ਕਲਸ਼ ਯਾਤਰਾ ਜਿਹੜੀ ਮੈਂ ਚਾਹੁੰਦਾ ਇੱਥੋਂ ਦੀ ਹਕੂਮਤ ਨੂੰ, ਉਹਨੂੰ ਐਂ ਲੱਗਦਾ ਵੀ ਇੱਥੇ ਲੋਕਾਂ ਨੂੰ ਦੱਬ ਕੇ, ਲੋਕਾਂ ਨੂੰ ਗੱਡੀਆਂ ਥੱਲੇ ਕੁਚਲ ਕੇ ਇਹ ਲਹਿਰ ਦਵਾ ਦਿੱਤੀ ਜਾਊਗੀ। ਇਹ ਉਹ ਲਹਿਰ ਆ ਜਿਹੜੇ ਜਿੱਥੇ ਅੰਗਰੇਜ਼ਾਂ ਨੇ ਭਗਤ ਸਿੰਘ ਹੋਰਾਂ ਨੂੰ, ਰਾਜਗੁਰੂ ਸੁਖਦੇਵ ਹੋਰਾਂ ਨੂੰ ਫਾਂਸੀ ਚਾੜ ਕੇ ਇਹ ਭਾਲਿਆ ਸੀ ਵੀ ਇਹ ਜਿਹੜੀ ਇੱਥੋਂ ਦੀ ਲਹਿਰ ਦਬਾ ਦਿੱਤੀ ਜਾਊਗੀ, ਇਹ ਲਹਿਰ ਨੇ ਦਬਣਾ ਨਹੀਂ। ਜਿਹੜੀ ਮੋਦੀ ਦੀ ਹਕੂਮਤ ਸਾਨੂੰ ਜਾਤ ਧਰਮ ਦੇ ਨਾਂ 'ਤੇ ਵੰਡਣਾ ਚਾਹੁੰਦੀ ਆ, ਉਹਨਾਂ ਨੂੰ ਹੁਣ ਪਤਾ ਲੱਗ ਗਿਆ ਹਕੂਮਤ ਨੂੰ ਵੀ ਇਹ ਜਿਹੜਾ ਦਿੱਲੀ ਦਾ ਮੋਰਚਾ ਐਵੇਂ ਨਹੀਂ ਉੱਠਣਾ, ਸਿੱਧੇ ਤੌਰ 'ਤੇ ਕਿਸਾਨਾਂ ਨੂੰ ਡਾਂਗਾ ਮਾਰ ਕੇ ਠਾਲਿਆ ਨਹੀਂ ਜਾ ਸਕਦਾ, ਕਿਉਂਕਿ ਬਦਨਾਮੀ ਵੱਡੀ ਹੁੰਦੀ ਆ। ਹੁਣ ਉੱਥੇ ਇਹੋ ਜਿਹੀਆਂ ਚਾਲਾਂ ਚੱਲ ਰਹੇ ਨੇ, ਉੱਥੇ ਕੋਈ ਬੇਅਦਬੀ ਦੀਆਂ ਘਟਨਾਵਾਂ ਨੇ ਜਿਹੜੀਆਂ, ਉਹ ਪੂਰੀ ਸਕੀਮ ਦੇ ਤਹਿਤ ਉੱਥੇ ਪੂਰੀ ਉਹਨਾਂ ਦੀਆਂ ਏਜੰਸੀਆਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ, ਇਹਨੂੰ ਲੋਕ ਕਾਮਯਾਬ ਨਹੀਂ ਹੋਣ ਦੇਣਗੇ। ਪਹਿਲਾਂ ਵੀ ਲੋਕਾਂ ਨੇ ਇਹਨਾਂ ਦਾ ਕੋਈ ਪੱਤਾ ਨਹੀਂ ਚੱਲਣ ਦਿੱਤਾ, ਹੁਣ ਵੀ ਕੋਈ ਪੱਤਾ ਜਿਹੜਾ ਨਹੀਂ ਚੱਲਣ ਦੇਣਗੇ। ਇਸ ਕਰਕੇ ਅੱਜ ਸਾਡੀ ਇਹ ਕਲਸ਼ ਯਾਤਰਾ ਜਿਹੜੀ ਇਹ ਬੜੇ ਮਾਣ ਸਤਿਕਾਰ ਨਾਲ ਇਹ ਹਸੈਨੀ ਵਾਲੇ ਜਿਹੜੀ 12 ਵਜੇ ਪਹੁੰਚਣਾ, ਉੱਥੇ ਅਸੀਂ ਜਲ ਪ੍ਰਵਾਹ ਜਿਹੜੀ ਇਹ ਕਲਸ਼ ਜਿਹੜੀ ਇਹ ਕਰਾਂਗੇ। ਦੇਖੋ ਜਦੋਂ ਚੱਲਦਿਆਂ ਘੋਲ ਦੇ ਵਿੱਚ ਕਿਸੇ ਆਗੂ ਤੋਂ ਕੋਈ ਮਾੜਾ ਮੋਟਾ ਕੋਈ ਫਰਕ ਤਰਕ ਰਹਿ ਜਾਣਾ, ਇਸ ਕਰਕੇ ਕਿ ਅੱਗੇ ਵਾਸਤੇ ਦੂਜੇ ਆਗੂਆਂ ਨੂੰ ਇਹ ਮਤਲਬ ਉਹ ਬਹੁਤ ਸੋਚ ਸਮਝ ਕੇ ਤੁਰਨ, ਇਸ ਕਰਕੇ ਜੇ ਕੋਈ ਮਾੜੀ ਮੋਟੀ ਹੋਈ ਆ ਤਾਂ ਉਹ ਅੱਗੇ ਵਾਸਤੇ ਦੂਜੇ ਆਗਾਂ ਨੂੰ ਸੁਣਾਉਣੀ ਕਰਨ ਵਾਸਤੇ ਆ ਕਿ ਬਹੁਤ ਸੋਚ ਵਿਚਾਰ ਕੇ ਜਿਹੜੇ ਬਿਆਨ ਨੇ ਲੋਕਾਂ ਦੀ ਤਾਕਤ, ਕਿਉਂਕਿ ਲੋਕਾਂ ਦਾ ਇਕੱਠ ਆ ਜਿਹੜਾ ਬਹੁਤ ਬਹੁਤ ਜਥੇਬੰਦੀਆਂ ਨੇ ਉਹਦੇ 'ਚ, ਇਸ ਕਰਕੇ ਪਹਿਲਾਂ ਵੀ ਕਈ ਆਗੂਆਂ 'ਤੇ ਜਿਹੜੀ ਇਹ ਕਾਰਵਾਈ ਪਈ ਆ, ਇਹ ਕੋਈ ਗੱਲ ਨਹੀਂ ਹੈ। ਜੇ ਕੋਈ ਉਹਦੇ 'ਚ ਫਰਕ ਤਰਕ ਹੋਊਗਾ ਇਹ ਆਉਣ ਵਾਲੇ ਦਿਨਾਂ 'ਚ ਨਿਕਲ ਜਾਣਾ। ਸੁਪਰੀਮ ਕੋਰਟ ਆ ਜਿਹੜੀ, ਅਸੀਂ ਤਾਂ ਉੱਥੇ ਜਿਹੜਾ ਇੱਥੋਂ ਦੀ ਸਰਕਾਰ ਨੇ ਉੱਥੇ ਜਿਹੜੇ ਬੈਰੀਗੇਟ ਲਾਏ ਨੇ, ਉੱਥੇ ਕਿੱਲ ਗੱਡੇ ਨੇ, ਲੋਕਾਂ ਨੇ ਤਾਂ ਸੜਕਾਂ ਖੁੱਲੀਆਂ ਨੇ, ਲੋਕਾਂ ਨੇ ਉੱਥੇ ਨਹੀਂ ਲਾਇਆ, ਲੋਕ ਤਾਂ ਉੱਥੇ ਗਏ ਨੇ। ਇਸ ਕਰਕੇ ਜੋ ਸੁਪਰੀਮ ਕੋਰਟ ਕਰ ਰਿਹਾ, ਸੁਪਰੀਮ ਕੋਰਟ ਨੂੰ ਤਾਂ ਫਿਰ ਜਿਹੜੇ ਖੱਟੜ ਵਰਗੇ ਬਿਆਨ ਦਿੰਦੇ ਨੇ ਕਿ ਇਹਨਾਂ ਦੇ ਲਾਠੀਆਂ ਮਾਰੋ ਕਿਸਾਨਾਂ ਦੇ, ਉਹਦੇ 'ਤੇ ਪਰਚਾ ਦਰਜ ਕਰਨਾ ਚਾਹੀਦਾ। ਇਸ ਕਰਕੇ ਜਿਹੜੇ ਅਜੇ ਮਿਸਰਾ ਵਰਗੇ ਨੇ ਉਹ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦੇ ਆਉਣ ਵਾਲੇ ਦਿਨਾਂ 'ਚ ਅਸੀਂ ਮੈਂ ਮਤਲਬ ਆਗੂ ਇਹ ਤੋਂ ਬਿਨਾਂ ਮੰਤਰੀ ਤੋਂ ਬਿਨਾਂ ਕਹਿੰਦਾ ਮੇਰਾ ਪਿਛੋਕੜ ਹੋਰ ਵੀ ਆ ਕੁਛ। ਇਸ ਕਰਕੇ ਜਦੋਂ ਉਹ ਲੋਕਾਂ ਨੂੰ ਧਮਕਾਉਂਦੇ ਨੇ ਉਹਨਾਂ 'ਤੇ ਸੁਪਰੀਮ ਕੋਰਟ ਕਿਉਂ ਨਹੀਂ ਦੇਖਦੀ? ਇਸ ਕਰਕੇ ਇਹ ਆ ਸੁਪਰੀਮ ਕੋਰਟ ਨੂੰ ਬਹੁਤ ਸੋਚ ਵਿਚਾਰ ਕੇ ਕਰਨਾ ਚਾਹੀਦਾ, ਕਿਉਂਕਿ ਆਉਣ ਵਾਲੇ ਦਿਨਾਂ 'ਚ ਲੋਕਾਂ ਦਾ ਭਰੋਸਾ ਉੱਠ ਰਿਹਾ, ਇਸ ਕਰਕੇ ਇਹ ਤਾਕਤ ਆ ਜਿਹੜੀ ਦਿਨੋਂ ਦਿਨ ਵੱਧ ਰਹੀ ਆ। ਆਉਣ ਵਾਲੇ ਦਿਨਾਂ 'ਚ ਅਸੀਂ ਦਿੱਲੀ ਵਾਲਾ ਘੋਲ ਜਿੱਤਾਂਗੇ। ਜਿਹੜੀ ਯੂਪੀ ਦੀ ਦਰਿੰਦਗੀ ਸਰਕਾਰ ਨੇ ਮੰਤਰੀ ਦੇ ਮੁੰਡੇ ਤੋਂ ਮਤਲਬ ਗੱਡੀ ਚੜ੍ਹਾ ਕੇ ਸਾਡੇ ਨੌਜਵਾਨ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਗਾ, ਉਹਨਾਂ ਦੀਆਂ ਅੰਤਮ ਯਾਤਰਾ ਅੱਜ ਉਹਨਾਂ ਦੀ ਕਲਸ਼ ਯਾਤਰਾ ਦੇ ਰੂਪ ਦੇ ਵਿੱਚ ਉਹਨਾਂ ਦੀ ਫੁੱਲ ਅਸੀਂ ਜਿੱਥੇ ਸਾਡੇ ਭਗਤ ਸਿੰਘ ਹੋਰੀਆਂ ਦੇ ਯਾਦਾਂ ਬਣਾਈਆਂ ਨੇ ਅੱਜ ਉੱਥੇ ਇਹਨਾਂ ਦੇ ਅਸੀਂ ਫੁੱਲ ਲੈ ਕੇ ਜਾ ਰਹੇ ਹਾਂ। ਅੱਜ ਗੱਡੀਆਂ ਵਿਆਹ ਵਾਂਗੂ ਸ਼ਿੰਗਾਰੀਆਂ ਨੇ ਉਸ ਸਾਡੇ ਯੋਧਿਆਂ ਨੂੰ, ਅਸੀਂ ਆਉਣ ਵਾਲੇ ਸਮੇਂ ਤੱਕ ਯਾਦ ਰੱਖੇ, ਸਾਡੇ ਲੋਕ ਯਾਦ ਰੱਖਣ, ਇਸ ਨੂੰ ਇੱਕ ਅਦਭੁਤ ਯਾਦ ਬਣਾਉਣ ਵਾਸਤੇ ਜਾ ਰਹੇਗੇ, ਕਿਉਂਕਿ ਇੱਥੇ ਦੀਆਂ ਹੰਕਾਰੀਆਂ ਹੋਈਆਂ ਸਰਕਾਰਾਂ ਨੇ ਸਮੇਂ ਸਮੇਂ 'ਤੇ ਸਾਡੇ ਲੋਕਾਂ ਨੂੰ ਮਾਰਿਆ ਹੈਗਾ, ਲੋਕਾਂ ਨੂੰ ਲਤਾੜਿਆ ਹੈਗਾ। ਉਹ ਚਾਹੇ ਕਿਸੇ ਵੀ ਰੂਪ ਦੇ ਵਿੱਚ ਸਰਕਾਰਾਂ ਆਈਆਂ ਹੋਣ, ਚਾਹੇ ਔਰੰਗਜ਼ੇਬ ਦੇ ਰੂਪ ਦੇ ਵਿੱਚ ਆਈਆਂ ਹੋਣ, ਚਾਹੇ ਉਹ ਅਡਵਾਇਰ ਦੇ ਰੂਪ ਦੇ ਵਿੱਚ ਆਈਆਂ ਹੋਣ। ਅੱਜ ਦੇ ਜਿਹੜੇ ਅਡਵਾਇਰ ਨੇਗੇ ਉਹ ਨਰਿੰਦਰ ਮੋਦੀ ਹੋਰੀ, ਜੋਗੀ ਹੋਰੀ, ਇਹ ਅੱਜ ਦੇ ਅਡਵਾਇਰ ਨੇਗੇ। ਇਸ ਕਰਕੇ ਇਹ ਲੋਕਾਂ ਨੂੰ ਮਾਰਨ ਲੱਗੇ ਹੋਏ ਨੇ। ਅੱਜ ਲੋਕਾਂ ਦੇ ਵਿੱਚ ਉਹੀ ਚੇਤਨਾ ਆਈ ਹੈਗੀ, ਇਹ ਭੁੱਲੇ ਬੈਠੇ ਨੇ, ਫਾਸੀਵਾਦੀ ਸਰਕਾਰ ਹੈ, ਹੰਕਾਰੀ ਨੇਗੇ।
ਹੰਕਾਰ ਇਹਨਾਂ ਦਾ ਚੂਰ ਕਰ ਦਿਆਂਗੇ। ਇਸ ਕਰਕੇ ਅੱਜ ਅਸੀਂ ਉਹਨਾਂ ਯੋਧਿਆਂ ਨੂੰ ਦਿਲ ਤੋਂ ਯਾਦ ਕਰਕੇ ਉੱਥੇ ਭਗਤ ਸਿੰਘ ਨੂੰ ਜਾਂ ਜਿੱਥੇ ਅਸਥੀਆਂ ਪਾਈਆਂ ਸੀਆਂ ਉੱਥੇ ਬੜੇ ਸਨਮਾਨ ਦੇ ਨਾਲ ਇਹਨਾਂ ਦੀ ਅਸੀਂ ਅਸਥੀਆਂ ਪਾਉਣ ਵਾਸਤੇ ਜਾ ਰਹੇ ਹਾਂਗੇ। ਸਿੰਘੂ ਬਾਰਡਰ 'ਤੇ ਘਟਨਾ ਹੋਈ ਆ, ਅਸੀਂ ਵੀ ਉਹਦੀ ਬਹੁਤ ਤਿੱਖੇ ਸ਼ਬਦਾਂ ਦੇ ਵਿੱਚ ਨਿਖੇਧੀ ਕਰ ਦਿਆਂਗੇ, ਕਿਉਂਕਿ ਤੁਸੀਂ ਕੱਲ੍ਹ ਦੁਬਾਰਾ ਫਿਰ ਘਟਨਾ ਦੇਖੀ ਹੈ। ਉੱਥੇ ਇੱਕ ਹੋਰ ਨਿਹੰਗ ਸਿੰਘ ਨੇ ਉੱਥੇ ਇੱਕ ਮਤਲਬ ਲੱਤ ਤੋੜ ਦਿੱਤੀ ਹੈ ਇੱਕ ਕਿਸੇ ਮੁਰਗਾ ਲੈਣ ਪਿੱਛੇ। ਇਹੋ ਜਿਹੇ ਮਤਲਬ ਸ਼ਰਾਰਤੀ ਅੰਸਰ ਜੇ ਨਿਹੰਗ ਸਿੰਘਾਂ ਦੇ ਵਿੱਚ ਬੈਠੇ ਨੇ, ਅਸੀਂ ਉਹ ਨਿਹੰਗ ਸਿੰਘਾਂ ਨੂੰ ਵੀ ਕਹਾਂਗੇ, ਉਹ ਵੱਡੀਆਂ ਜਿਹੜੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਕਹਾਂਗੇ ਵੀ ਇਹਨਾਂ 'ਤੇ ਕੰਟਰੋਲ ਕਰਨਾ ਚਾਹੀਦਾ ਹੈਗਾ। ਇਸ ਕਰਕੇ ਉਹ ਬਹੁਤ ਮੰਦਭਾਗੀ ਘਟਨਾ ਹੈਗੀ, ਇਹੋ ਜਿਹੀਆਂ ਘਟਨਾਵਾਂ ਇਹ ਸਰਕਾਰ ਦੀ ਸ਼ਹਿ ਦੇ ਉੱਤੇ ਹੋ ਰਹੀਆਂ ਨੇ, ਕਿਉਂਕਿ ਜਿਹੜਾ ਉਹ ਆਮਨ ਨਿਹੰਗ ਹੈਗਾ ਉਹ ਨਿਕਲ ਰਹੇਗਾ, ਉਹਦੀਆਂ ਫੋਟੋਆਂ ਨਿਕਲਦੀਆਂ ਨੇਗੀਆਂ, ਉਹ ਮੰਤਰੀਆਂ ਤੋਂ ਸਰੋਪੇ ਲੈ ਰਹੇਗਾ ਅਤੇ ਉਹਨਾਂ ਦੇ ਨਾਲ ਕਿਵੇਂ ਮੀਟਿੰਗਾਂ ਕਰਦਾ ਹੈਗਾ। ਪਿੰਕੀ ਕੈਟ ਜਿਹੜਾ ਇੱਥੇ ਦਾ ਇੱਕਦਮ ਦਾ ਹਿਟਲਰ ਰਿਹਾ ਹੈਗਾ, ਕਿਵੇਂ ਸਾਡੇ ਨੌਜਵਾਨਾਂ ਨੂੰ ਚੱਕ ਚੱਕ ਕੇ ਮਾਰਨ ਵਾਲਾ ਦੇ ਵਿੱਚ ਨਾਲ ਰਿਹਾ ਉਹਨਾਂ ਦੇ, ਉਹ ਪਿੰਕੀ ਕੈਟ ਦੇ ਨਾਲ ਮਿਲਦਾ ਜੁਲਦਾ ਰਿਹਾ, ਉਹਦੇ ਨਾਲ ਮੀਟਿੰਗਾਂ ਕਰਾਉਂਦਾ ਰਿਹਾ। ਇਸ ਕਰਕੇ ਅਸੀਂ ਉਸ ਗੱਲ ਦੀ ਤਿੱਖੇ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ। ਉਹ ਸਰਾਸਰ ਇਸ ਮੋਰਚੇ ਨੂੰ ਚੁਕਾਉਣ ਦੀਆਂ ਪੂਰੀਆਂ ਸਾਜ਼ਿਸ਼ਾਂ ਨੇ ਸਰਕਾਰ ਦੀਆਂ, ਸੁਪਰੀਮ ਕੋਰਟ ਬੋਲਣ ਲੱਗਿਆ ਹੋਇਆ ਵੀ ਇਹ ਮੋਰਚਾ ਇੱਥੋਂ ਰਸਤਾ ਖੋਲ੍ਹਿਆ ਜਾਣਾ ਚਾਹੀਦਾ। ਅਸੀਂ ਉਸ ਸੁਪਰੀਮ ਕੋਰਟ ਨੂੰ ਕਹਿਣਾ ਚਾਹੁੰਦੇ ਹਾਂਗੇ, ਇਹ ਕੋਰਟਾਂ ਅੱਜ ਤੱਕ ਨਹੀਂ ਲੋਕਾਂ ਵਾਸਤੇ ਬੋਲੀਆਂ, ਇਹ ਜੋਕਾਂ ਵਾਸਤੇ ਬੋਲੀਆਂ ਨੇ ਕੋਰਟਾਂ। ਇਹ ਕੋਰਟਾਂ ਨੇ ਸਾਡੇ ਭਗਤ ਸਿੰਘ ਹੋਰੀਆਂ ਨੂੰ ਰਾਤ ਨੂੰ 2 ਦਿਨ ਪਹਿਲਾਂ ਫਾਂਸੀ ਦਿੱਤੀ ਹੈਗੀ, ਇਹਨਾਂ ਕੋਰਟਾਂ ਨਹੀਂ ਦਿੱਤੀ ਹੈਗੀ। ਇਸ ਕਰਕੇ ਇਹਨਾਂ ਕੋਰਟਾਂ ਤੋਂ ਲੋਕਾਂ ਦਾ ਭਰੋਸਾ ਉੱਠ ਚੁੱਕਿਆ ਹੈਗਾ, ਜਿਹੜੇ ਅੱਜ ਵੀ ਸੰਜੀਦਗਾ ਇਹ ਕੋਰਟਾਂ ਦੇ ਵਿੱਚ ਲੋਕ ਬੈਠੇ ਨੇ। ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਸੰਜੀਦਗੀ ਨਾਲ ਸੋਚਣਾ ਚਾਹੀਦਾ ਤਾਂ ਕਿ ਲੋਕ ਆਪਣੇ ਕੋਰਟਾਂ 'ਤੇ ਭਰੋਸਾ ਕਰਨ ਸਿੱਖਣ, ਨਹੀਂ ਤਾਂ ਕੋਰਟਾਂ ਅੱਜ ਤੱਕ ਇਹ ਜ਼ੁਲਮ ਦੇ ਖਿਲਾਫ ਹੀ ਖੜੀਆਂ ਨੇ, ਉਹਨਾਂ ਦੇ ਜ਼ੁਲਮ ਦੇ ਨਾਲ ਕਰਨ ਵਾਲਿਆਂ ਦੇ ਨਾਲ ਹੀ ਖੜਦੀਆਂ ਨੇਗੀਆਂ। ਕਿਉਂਕਿ ਇਹ ਕੋਰਟਾਂ ਕਹਿੰਦੀਆਂ ਨੇ ਵੀ ਰਸਤੇ ਖੋਲ੍ਹ ਦਿਓ, ਅਸੀਂ ਤਾਂ ਰਸਤੇ ਖੋਲ੍ਹ ਹੀ ਬੈਠੇ ਹਾਂਗੇ ਪਹਿਲਾਂ ਹੀ, ਪਰ ਇਹਨਾਂ ਕੋਰਟਾਂ ਨੇ ਕਹਿੰਦੀਆਂ ਨੇ ਵੀ ਅਸੀਂ ਰਸਤੇ ਜ਼ਬਰਦਸਤੀ ਖਿਲਾ ਦਾਂਗੇ, ਡਾਂਗ ਨਾਲ ਖਿਲਾ ਦਾਂਗੇ, ਉੱਥੇ ਸਾਡੇ ਗੋਲੀਆਂ ਮਾਰ ਸਕਦੇ ਨੇ, ਡਾਂਗਾਂ ਮਾਰ ਸਕਦੇ ਨੇ, ਚੱਕ ਕੇ ਸਾਨੂੰ ਜੇਲ੍ਹਾਂ 'ਚ ਸੁੱਟ ਸਕਦੇ ਨੇ। ਉਹ ਮੋਰਚਾ ਬਿਲਕੁਲ ਨਹੀਂ ਹੱਲੂਗਾ, ਲਾਸਟ ਸ਼ਾਹਾਂ ਤੱਕ ਸਾਡੇ ਉਹ ਮੋਰਚਾ ਚੱਲੂਗਾ। ਜਿਹੜਾ ਅਸੀਂ ਅੱਜ ਇਹ ਕਲਸ਼ ਲੈ ਕੇ ਰਵਾਨਾ ਹੋ ਰਹੇ ਹਾਂ, ਉਹ ਲਖੀਮਪੁਰ ਦੇ ਉਹਨਾਂ ਯੋਧਿਆਂ ਦੀ ਯਾਦ ਲੋਕਾਂ ਦੇ ਵਿੱਚ ਅੱਜ ਪੂਰੀ ਤਰ੍ਹਾਂ ਤੜਫ ਹੈ। ਅੱਜ ਪੰਜਾਬ ਦੇ ਲੋਕ ਉਹਨਾਂ ਦੇ ਸਤਿਕਾਰ ਸਹਿਤ ਅੱਜ ਪੂਰਾ ਕਾਫਲਾ ਜਿਹੜਾ ਸਾਡਾ ਇਹ ਜਾਣਾ ਹੁਸੈਨੀਵਾਲਾ ਨੂੰ, ਕਿਉਂਕਿ ਇੱਥੋਂ ਦੀਆਂ ਸਰਕਾਰਾਂ ਜਿਹੜੀਆਂ ਇਹਨਾਂ ਲੋਕਾਂ ਨੂੰ ਹੱਕ ਮੰਗਦੇ ਲੋਕਾਂ ਨੂੰ ਡਰਾਉਣਾ ਚਾਹੁੰਦੀਆਂ ਨੇ, ਇਹਨਾਂ ਨੂੰ ਆਣਾਈ ਮੌਤ ਮਾਰ ਰਹੀਆਂ ਨੇ, ਉਹ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਜੇ ਤੁਹਾਡੇ ਮਨ ਦੇ ਵਿੱਚ ਇਹ ਭਰਮ ਹੈ ਵੀ ਅਸੀਂ ਡਰਾ ਕੇ ਇਹਨਾਂ ਨੂੰ ਮਾਰ ਕੇ ਅਸੀਂ ਇਹਨਾਂ ਨੂੰ ਘਰਾਂ ਨੂੰ ਮੋੜ ਦਾਂਗੇ, ਪਰ ਇਹ ਉਹਦਾ ਸੋਚ ਹੈ ਜਿਹੜੀ ਗਲਤ ਹੈ, ਕਿਉਂਕਿ ਇਹ ਸ਼ਹੀਦੀਆਂ ਨੇ ਜਿਹੜੀਆਂ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਲੋਕਾਂ ਨੂੰ ਵੀ ਜਗਾ ਦੇਣਾ ਜਿਹੜੇ ਹਾਲੇ ਵੀ ਘਰਾਂ ਦੇ ਵਿੱਚ ਬੈਠੇ ਨੇ। ਉਹ ਲੋਕ ਜਦੋਂ ਘਰਾਂ ਦੇ ਵਿੱਚੋਂ ਨਿਕਲ ਗਏ, ਜਦੋਂ ਲੋਕ ਸੜਕਾਂ 'ਤੇ ਆ ਗਏ, ਤਾਂ ਸਰਕਾਰ ਨੂੰ ਮੁੱਧੇ ਮੂੰਹ ਸਿੱਟਾਂਗੇ, ਜਿਹੜੇ ਕਦੇ ਧਰਮਾਂ 'ਚ ਵੰਡ ਲਿਆ, ਕਦੇ ਜਾਤਾਂ 'ਚ ਵੰਡ ਕੇ ਜਿਹੜੇ ਨਵੇਂ ਪੱਤੇ ਖੇਲਦੀਆਂ ਸਰਕਾਰਾਂ, ਇਹਨਾਂ ਨੂੰ ਸਾਰਿਆਂ ਨੂੰ ਅਸੀਂ ਫੇਲ ਕਰਾਂਗੇ।